ਦੋ ਚਾਰ ਕੁੜੀਆਂ ਦੇ ਇਹੋ ਜਿਹੇ ਖਬਰਾਂ ਆਈਆਂ ਨੇ ਜਿਹੜੀਆਂ ਕਿ ਰਾਤ ਨੂੰ ਕਮਰੇ ਦੇ ਵਿੱਚ ਯੂਪੀ ਬਿਹਾਰ ਦੇ ਭਈਏ ਲੈ ਕੇ ਆਉਂਦੀਆਂ ਨੇ, ਯੂਪੀ ਬਿਹਾਰ ਦੇ ਭਈਏ। ਹਾਂਜੀ, ਕੀ ਹਾਲ ਚਾਲ ਨੇ ਭਰਾਵੋ? ਅੱਜ ਦੇ ਟਾਈਮ ਦੇ ਵਿੱਚ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ, ਬੜਾ ਸੋਸ਼ਲ ਮੀਡੀਆ ਤੇ ਉਸ ਗੱਲ ਦਾ ਮੁੱਦਾ ਭਖਿਆ ਹੋਇਆ, ਅਮਨ ਰਾਮਗੜੀਆ ਨਾਂ ਦੀ ਕੁੜੀ ਦਾ, ਜਿਹਦੀ ਕਿ ਇੱਕ ਨਿਊਡ ਵੀਡੀਓ ਵਾਇਰਲ ਹੋਈ ਆ, ਸੰਬੰਧ ਬਣਾਉਂਦੀ ਦੀ ਵੀਡੀਓ ਵਾਇਰਲ ਹੋਈ ਆ। ਬੜੇ ਚੈਨਲਾਂ ਵੱਲੋਂ ਉਹ ਵੀਡੀਓ ਚਲਾਈ ਜਾ ਰਹੀ ਆ, ਬੜੇ ਵੱਡੇ ਵੱਡੇ ਚੈਨਲਾਂ ਤੇ ਉਹ ਵੀਡੀਓ ਚੱਲ ਰਹੀ ਆ। ਹੁਣ ਉਹ ਕੁੜੀ ਕੀ ਕਹਿੰਦੀ ਆ, ਇਹ ਗੱਲ ਸੁਣ ਕੇ ਇੰਨੀ ਕੁ ਹੈਰਾਨਗੀ ਹੋਈ ਤੇ ਇੰਨੀ ਕੁ ਸ਼ਰਮ ਆਈ ਯਾਰ, ਵੀ ਸਾਡੇ ਪੰਜਾਬ ਦੇ ਵਿੱਚ ਆਹ ਹੋ ਕੀ ਰਿਹਾ। ਉਹ ਕੁੜੀ ਨੇ ਇੱਕ ਪੋਸਟ ਪਾ ਕੇ ਇਹ ਗੱਲ ਸਾਂਝੀ ਕੀਤੀ ਆ, ਬਈ ਜਿਹੜੀ ਮੇਰੀ ਇਹ ਵੀਡੀਓ ਵਾਇਰਲ ਹੋਈ ਆ, ਇਹ ਵੀਡੀਓ ਮੇਰੀ ਆ, ਮੇਰੇ ਆਸ਼ਕ ਦੇ ਨਾਲ ਆ। ਮੈਂ ਹੀ ਆਪਣੇ ਆਸ਼ਕ ਨੂੰ ਇਸ ਗੱਲ ਦੀ ਪਰਮਿਸ਼ਨ ਦਿੱਤੀ ਸੀਗੀ ਕਿ ਤੂੰ ਮੇਰੀ ਵੀਡੀਓ ਬਣਾ। ਬੜਾ ਮਹਾਨ ਕੰਮ ਕੀਤਾ ਸੀ ਕੁੜੀਏ, ਤੂੰ ਵੀ ਤੇਰੀ ਵੀਡੀਓ ਬਣਨੀ ਚਾਹੀਦੀ ਸੀਗੀ। ਆਪਦੇ ਆਸ਼ਕ ਨੂੰ ਖੁਦ ਉਸ ਕੁੜੀ ਨੇ ਕਿਹਾ ਕਿ ਹਾਂ ਆਪਾਂ ਸੰਬੰਧ ਬਣਾਉਂਦੇ ਹਾਂ, ਸੰਬੰਧ ਬਣਾਉਂਦਿਆਂ ਦੀ ਵੀਡੀਓ ਬਣਾ। ਕਹਿੰਦੀ ਮੈਂ ਉਹ ਵੀਡੀਓ ਨੂੰ ਤਾਂ ਕਹੀ ਸੀ ਬਣਾ ਕਿ ਇੱਕ ਯਾਦ ਬੰਦੇ ਦੇ ਕੋਲ ਰਹਿ ਜੂਗੀ, ਪਰ ਮੈਨੂੰ ਨਹੀਂ ਸੀ ਪਤਾ ਕਿ ਉਹ ਮੁੰਡੇ ਨੇ ਵਾਇਰਲ ਕਰ ਦੇਣੀ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਛਿੱਤਰਾਂ ਵਾਲਾ ਤੈਨੂੰ ਕੋਈ ਨਹੀਂ ਹੈਗਾ, ਤੇਰੇ ਫਿਰਨੀ ਚਾਹੀਦੀ ਸੀ ਪੂਰੀ ਡਾਂਗ, ਤੇਰੇ ਘਰ ਦੇ ਤੇਰੇ ਇੰਨੇ ਕੁ ਛਿੱਤਰ ਮਾਰਦੇ ਵੀ ਤੇਰੇ ਸਿਰ ਦੇ ਸਾਰੇ ਵਾਲ ਉੱਡ ਜਾਂਦੇ। ਵੀ ਇਹ ਕਿਹੜੀ ਯਾਦ ਸੀ ਭੈਣ ਦੇ, ਨਹੀਂ ਖਾਣੀ ਖੇ ਮਿੱਠੀ ਤੇ ਬਣਾਉਣੀ ਆ ਵੀਡੀਓ ਵੀ ਹਾਂ ਮੇਰੀ ਇੱਕ ਯਾਦ ਰਹਿ ਜੇ। ਕੀ ਉਹ ਮੁੰਡਾ ਤੇਰੇ ਨਾਲ ਵਿਆਹ ਕਰਾਊਗਾ? ਲੈ ਸਵਾਦ ਤਾਂ ਆ ਵੀ ਜੇ ਉਹਨੇ ਤੇਰੀ ਵੀਡੀਓ ਵਾਇਰਲ ਕਰਤੀ, ਹਨਾ, ਤੂੰ ਤੁਸੀਂ ਪਰਮਿਸ਼ਨ ਉਹਨੂੰ ਵੀ ਮੇਰੀ ਵੀਡੀਓ ਬਣਾ, ਸਵਾਦ ਤਾਂ ਆ ਵੀ ਉਹ ਮੁੰਡਾ ਤੇਰੇ ਨਾਲ ਵਿਆਹ ਕਰਾਵੇ, ਫਿਰ ਮੈਂ ਮੰਨੂੰਗਾ ਵੀ ਹਾਂ ਠੀਕ ਆ ਵੀ ਤੁਸੀਂ ਯਾਦ ਰੱਖੀ ਸੀ ਇੱਕ। ਖੇ ਮਿੱਟੀ ਖਾ ਕੇ ਤੁਸੀਂ ਲੋਕਾਂ ਦੇ ਮੁੰਡਿਆਂ ਨਾਲ ਮੁੜ ਕੇ ਕਿਸੇ ਸ਼ਰੀਫ ਦਾ ਘਰ ਪੱਟ ਦੇਗੀ, ਜਾ ਕੇ ਮੁੜ ਕੇ ਵਿਆਹੀ ਕਿਸੇ ਸ਼ਰੀਫ ਬੰਦੇ ਨਾਲ ਜਾਏਗੀ, ਉਹਦਾ ਘਰ ਪੱਟ ਦੇਗੀ, ਉਹਦਾ ਕਰ ਦੇਗੀ ਮਰਨ ਵਾਲਾ ਵਿਚਾਰਾ ਤੂੰ। ਬਾਈ ਮੈਂ ਇੱਕ ਗੱਲ ਠੋਕ ਕੇ ਕਹਿਣਾ, ਫਿਰ ਲੋਕੀ ਕਹਿਣਗੇ ਵੀ ਸੰਧੂ ਕਿਵੇਂ ਬੋਲਦਾ। ਉਹ ਸਿਆਣੇ ਕਹਿੰਦੇ ਸੀ ਜਿਹੜੀ ਬੱਕਰੀ ਖੁੱਲ੍ਹ ਕੇ ਚਰਨ ਦੀ ਆਦੀ ਹੋ ਜਾਓ, ਕਿੱਲੇ ਦੇ ਪੱਠੇ ਨਹੀਂ ਖਾਂਦੀ। ਆਹ ਹਾਲ ਹੋਇਆ ਪਿਆ ਕੁਝ ਕੁੜੀਆਂ ਦਾ ਅੱਜ ਕੱਲ੍ਹ, ਪਹਿਲਾਂ ਆਸ਼ਕਾਂ ਦੇ ਨਾਲ ਵੀਡੀਓ ਬਣਾ ਕੇ ਵਾਇਰਲ ਕਰ ਦੇਣਗੀਆਂ, ਪਿੱਛੋਂ ਹੁਣ ਕਹਿੰਦੀ ਆ ਮੈਨੂੰ ਤਾਂ ਜੀ ਡਿਪਰੈਸ਼ਨ ਬੜਾ ਹੋ ਗਿਆ, ਮੇਰਾ ਤਾਂ ਹੁਣ ਮਰਨ ਨੂੰ ਜੀ ਕਰੀ ਜਾਂਦਾ। ਪਹਿਲਾਂ ਗੰਦ ਪਾਉਂਦੀਆਂ ਨੇ, ਪਿੱਛੋਂ ਡਰਾਮੇ ਕਰਦੀਆਂ ਨੇ। ਕੁੜੀਏ ਮੇਰੀ ਇੱਕ ਗੱਲ ਸੁਣ ਲਾ, ਮਾੜਾ ਮੋਟਾ ਆਪਦੇ ਪਿਓ ਬਾਰੇ ਤਾਂ ਸੋਚ ਲੈਂਦੀ, ਮਾੜਾ ਮੋਟਾ ਆਪਦੀ ਮਾਂ ਬਾਰੇ ਤਾਂ ਸੋਚ ਲੈਂਦੀ ਵੀ ਮੈਂ ਕੀ ਗੰਦ ਘੋਲਣ ਲੱਗੀ ਆ, ਕਿਉਂ ਆਪਦੇ ਪਿਓ ਦੀ ਪੱਗ ਨੂੰ ਚੱਕਣ 'ਚ ਰੋਲਣ ਲੱਗ ਗਈ ਤੂੰ। ਤੇਰੇ ਪਿਓ, ਤੈਨੂੰ ਇਸ ਗੱਲ ਦਾ ਪਤਾ, ਤੂੰ ਤਾਂ ਚੰਡੀਗੜ੍ਹ ਫਿਰਦੀ ਆ ਧੱਕੇ ਖਾਂਦੀ, ਵੀ ਤੇਰਾ ਪਿਓ ਸਾਰੀ ਉਮਰ ਪਿੰਡ 'ਚ ਤਾਂ ਧੌਣ ਕਰਕੇ ਤੁਰਨ ਜੋਗਾ ਨਹੀਂ ਰਹਿ ਗਿਆ, ਤੇਰੇ ਭਰਾ ਸਾਰੀ ਉਮਰ ਪਿੰਡ 'ਚ ਧੌਣ ਉੱਚੀ ਕਰਕੇ ਤੁਰਨ ਜੋਗੇ ਨਹੀਂ ਰਹਿ ਗਏ, ਇਹ ਤੇਰੀ ਵੀਡੀਓ ਸਾਰੀ ਉਮਰ ਸੋਸ਼ਲ ਮੀਡੀਆ 'ਤੇ ਚੱਲਦੀ ਰਹਿਣੀ ਆ, ਉੱਥੇ ਪਈ ਰਹਿਣੀ ਆ। ਕੱਲ੍ਹ ਨੂੰ ਤੂੰ ਜਿਹਦੇ ਨਾਲ ਵਿਆਹੀ ਜਾਏਗੀ ਉਹ ਗਰੀਬ ਦਾ ਵੀ ਘਰ ਪੱਟ ਦੇਗੀ, ਉਹਦੇ ਖਾਨਦਾਨ ਵੀ ਮਿੱਟੀ ਕਰ ਦੇਗੀ ਤੂੰ, ਉਹਦੇ ਜਵਾਕਾਂ ਨੂੰ ਮਿਹਣੇ ਵੱਜਿਆ ਕਰਨਗੇ ਕੱਲ੍ਹ ਨੂੰ। ਸਵਾਦ ਤਾਂ ਆ ਇਸ ਗੱਲ ਦਾ ਕਿ ਜਿਹੜੇ ਮੁੰਡੇ ਨਾਲ ਤੂੰ ਸੰਬੰਧ ਬਣਾਏ ਆ, ਜਿਹਨੂੰ ਤੂੰ ਵੀਡੀਓ ਦੀ ਪਰਮਿਸ਼ਨ ਦਿੱਤੀ ਆ, ਫਿਰ ਵਾਇਰਲ ਵੀ ਤੂੰ ਕਰਾਈ ਹੋਊਗੀ। ਸਵਾਦ ਇਸ ਗੱਲ ਦਾ ਵੀ ਉਹ ਮੁੰਡਾ ਤੇਰੇ ਨਾਲ ਵਿਆਹ ਕਰਾਵੇ ਜਿਹਨੂੰ ਤੂੰ ਪਰਮਿਸ਼ਨਾਂ ਦਿੰਦੀ ਫਿਰਦੀ ਸੈਂ। ਇੱਕ ਉਹ ਸੁਖਰਤੀ ਦਾ ਰੌਲਾ ਪਿਆ ਜਿਹੜਾ ਮੁੰਡੇ ਦਾ, ਮਨਜੀਤ ਕੌਰ ਜਿਹੜੀ ਕੁੜੀ ਆ, ਉਹਨੇ ਆਹ ਗੰਦ ਪਾਇਆ ਸੋਸ਼ਲ ਮੀਡੀਆ ਤੇ, ਆਹ ਗੰਦ ਪਾਇਆ, ਮੇਰੇ ਵਰਗੇ ਪੱਤਰਕਾਰ ਲੈ ਕੇ 250 ਦਾ ਮੈਕ ਚੱਲ ਉਹਦੇ ਮੂੰਹ ਦੇ ਵਿੱਚ ਪਸਾ ਦੇਣਗੇ। ਉਹ ਕਹਿੰਦੀ ਆ ਹਾਂਜੀ ਮੇਰੀ ਸ਼ਰਤ ਲੱਗੀ ਸੀਗੀ ਕੁੜੀਆਂ ਦੇ ਵਿੱਚ ਕਿ ਸੁਖਰਤੀਏ ਨੂੰ ਪੱਟਣਾ। ਭੈਣ ਦੇ ਨਾਲ ਸੁਖਰਤੀਆਂ ਨਾ ਹੋ ਗਿਆ, ਅੰਬਾਨੀ ਦਾ ਮੁੰਡਾ ਹੀ ਹੋ ਗਿਆ ਉਹ ਜਿਹੜਾ ਪੱਟਣਾ ਸ਼ਰਤ ਲਾ ਕੇ। ਦੱਸ ਵੀ ਪਹਿਲਾਂ ਤੂੰ ਇਹ ਤਾਂ ਸੋਚ ਆ ਵੀ ਤੂੰ ਡਿਵੋਰਸਰ ਕੁੜੀ ਆ, ਤੇਰਾ ਪਹਿਲਾਂ ਤਲਾਕ ਹੋਇਆ, ਇੱਕ ਬੱਚੇ ਦੀ ਤੂੰ ਮਾਂ ਆ, ਤੂੰ ਲਾਉਂਦੀ ਫਿਰਦੀ ਸ਼ਰਤਾਂ ਮੁੰਡੇ ਪੱਟਣ ਦੀਆਂ, ਫਿਰ ਤੂੰ ਕਿੱਡੀ ਕੁ ਚੰਗੀ ਹੋ ਗਈ। ਅਗੇ ਮੈਂ ਇਹਨਾਂ ਦੇ ਘਰੇ ਜਾਂਦੇ ਰਹੀ ਹਾਂ, ਇਹ ਆਪਦੀ ਮਾਂ ਦੇ ਸਾਹਮਣੇ ਉਹਨੂੰ ਘਰੇ ਕਮਰੇ 'ਚ ਲੈ ਜਾਂਦਾ ਸੀਗਾ, ਉਹ ਜੇ ਤੂੰ ਜਾਂਦੀ ਸੀ ਤਾਂ ਹੀ ਤੈਨੂੰ ਲੈ ਕੇ ਜਾਂਦਾ ਸੀਗਾ। ਉਹ ਮੁੰਡਿਆਂ ਦਾ ਕੰਮ ਹੀ ਹੈ, ਆ ਮੁੰਡਿਆਂ ਦਾ ਹੋਇਆ ਹੀ ਬੇੜਾ ਗਰਕ ਪਿਆ, ਘੱਟ ਹੁਣ ਕੁੜੀਆਂ ਵੀ ਨਹੀਂ ਰਹਿ ਗਈਆਂ। ਅਗੇ ਮੈਂ ਸ਼ਰਤ ਲਾ ਕੇ ਪੱਟਿਆ, ਐਡੀ ਤੂੰ ਰਹਿ ਗਈ ਸ੍ਰੀ ਦੇਵੀ, ਮਾੜਾ ਮੋਟਾ ਇਹਦਾ ਸ਼ਰਮ ਕਰਦੀ ਵੀ ਮੈਂ ਇੱਕ ਜਵਾਕ ਦੀ ਮਾਂ ਆ, ਕੱਲ ਨੂੰ ਮੇਰੇ ਜਵਾਕ ਨੂੰ ਲੋਕੀ ਕੀ ਸਮਾਜ ਦੇ ਵਿੱਚ ਮਿਹਣੇ ਮਾਰਨਗੇ, ਮੇਰਾ ਮੁੰਡਾ ਸਾਰੀ ਉਮਰ ਧੌਣ ਤਾਂ ਕਰਕੇ ਤੁਰਨ ਜੋਗਾ ਨਹੀਂ ਹੈਗਾ ਸਮਾਜ ਦੇ ਵਿੱਚ, ਕਿ ਮਾਂ ਮੇਰੀ ਸ਼ਰਤਾਂ ਲਾ ਲਾ ਕੇ ਆਸ਼ਕ ਪੱਟਦੀ ਸੀਗੀ।
ਫਿਰ ਇੱਕ ਚੈਨਲ ਤੇ ਕਹੀ ਜਾਂਦੀ ਆ ਉਹ ਕੁੜੀ, ਅਖੇ ਮੈਨੂੰ ਸੁਖ ਰਤੀਏ ਨੇ ਪ੍ਰੈਗਨੈਂਟ ਕਰਤਾ ਜੀ, ਮੇਰੀ ਪਹਿਲਾਂ ਫਿਰ ਮੇਰਾ ਅਬੋਰਸ਼ਨ ਕਰਾ ਗਿਆ, ਉਸ ਤੋਂ ਬਾਅਦ ਕਹਿੰਦਾ ਭੈਣੇ ਮੇਰਾ ਖਹਿੜਾ ਛੱਡ। ਅੱਛਾ ਤੂੰ ਉਸ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਸੀ ਹਨਾ, ਤੇ ਉਹ ਬੱਚੇ ਦਾ ਕੱਲ ਨੂੰ ਕੀ ਨਾਮ ਰੱਖਣਾ ਸੀ ਤੁਸੀਂ? ਨਜਾਇਜ਼ ਔਲਾਦ। ਉਹ ਨਜਾਇਜ਼ ਔਲਾਦ ਬੱਜਣੀ ਸੀ ਵੀ ਨਜਾਇਜ਼ ਔਲਾਦ ਜੰਮੀ ਆ ਤੂੰ। ਕਮਾਲ ਹੋਈ ਪਈ ਆ ਯਾਰ, ਕੁੜੀਆਂ ਜਮੇ ਹੀ ਸ਼ਰਮ ਨਹੀਂ ਕਰਦੀਆਂ, ਪੱਤਰਕਾਰਾਂ ਦੇ ਸਾਹਮਣੇ ਬਹਿ ਕੇ ਵੱਡੇ ਵੱਡੇ ਚੈਨਲਾਂ ਤੇ ਬਹਿ ਕੇ ਹੁੱਬ ਹੁੱਬ ਕੇ ਦੱਸਦੀਆਂ ਨੇ ਵੀ ਮੈਂ ਸ਼ਰਤ ਲਾ ਕੇ ਮੁੰਡਾ ਪੱਟਿਆ ਜੀ, ਮੈਂ ਪ੍ਰੈਗਨੈਂਟ ਹੋ ਗਈ, ਮੇਰਾ ਅਬੋਰਸ਼ਨ ਕਰਾਤਾ। ਉਹ ਤੁਸੀਂ ਤਾਂ ਕੰਜਰ ਕੰਨਾ ਫੜ ਲਿਆ, ਠੀਕ ਆ, ਤੁਸੀਂ ਤਾਂ ਤੁਹਾਨੂੰ ਤਾਂ ਲਾਈ ਲੱਸੀ ਦੀ ਸ਼ਰਮ ਜਮਾ ਨਹੀਂ ਹੈਗੀ। ਮੈਂ ਆਹ ਵੀਡੀਓ ਕਿਉਂ ਪਾਈ ਆ, ਮੈਂ ਇਸ ਮੁੱਦੇ ਤੇ ਕਿਉਂ ਬੋਲਿਆ, ਗੱਲ ਮੇਨ ਉਹ ਸੁਣਨ ਵਾਲੀ ਆ। ਤੁਹਾਡਾ ਤਾਂ ਹੋ ਗਿਆ ਬੇੜਾ ਗਰਕ, ਤੁਹਾਨੂੰ ਤਾਂ ਨਾ ਹੈਗੀ ਆ ਲੱਥੀ ਦੀ, ਨਾ ਹੈਗੀ ਆ ਚੜੀ ਦੀ। ਤੁਸੀਂ ਤਾਂ ਜਿਹੜੇ ਸੂਰਮੇ ਪੈਦਾ ਕਰਨੇ ਆ ਉਹ ਤਾਂ ਹੁਣ ਸਾਰਿਆਂ ਨੂੰ ਪਤਾ, ਤੁਹਾਡਾ ਤਾਂ ਕੰਮ ਹੀ ਇਹੋ ਜਿਹਾ ਹੈਗਾ ਵੀ ਕਦੇ ਉਹਦੇ ਨਾਲ ਧੱਕੇ ਖਾ ਲਏ, ਕਦੇ ਉਹਦੇ ਨਾਲ ਧੱਕੇ ਖਾ ਲਏ। ਪਰ ਮੈਂ ਇੱਕ ਗੱਲ ਕਹਿੰਦਾ, ਤੁਸੀਂ ਸੋਸ਼ਲ ਮੀਡੀਆ ਤੇ ਇਹੋ ਜਿਹੀਆਂ ਗੱਲਾਂ ਨਾ ਪਾਇਆ ਕਰੋ, ਲੋਕਾਂ ਦੀਆਂ ਧੀਆਂ ਭੈਣਾਂ ਦਾ ਬੇੜਾ ਗਰਕ ਨਾ ਕਰੋ। ਜਿਹੜੀਆਂ ਨਵੀਂ ਉਮਰ ਦੀਆਂ ਕੁੜੀਆਂ ਨੇ, ਛੋਟੀਆਂ ਛੋਟੀਆਂ 15-16 ਸਾਲਾਂ ਦੀਆਂ, ਉਹਨਾਂ ਦਾ ਬੇੜਾ ਗਰਕ ਨਾ ਕਰੋ। ਉਹ ਵੀ ਤੁਹਾਡੀਆਂ ਰੀਲਾਂ, ਤੁਹਾਡੀਆਂ ਵੀਡੀਓ ਦੇਖਦੀਆਂ ਨੇ, ਉਹਨਾਂ ਦੇ ਦਿਮਾਗ ਤੇ ਵੀ ਗਲਤ ਅਸਰ ਪੈਂਦਾ ਇਸ ਚੀਜ਼ ਦਾ। ਤੁਸੀਂ ਤਾਂ ਆਪਦਾ ਬੇੜਾ ਗਰਕ ਕਰ ਲਿਆ, ਤੁਸੀਂ ਤਾਂ ਆਪਦੇ ਪਿਓ ਦੀ ਪੱਗ ਰੋਲਤੀ, ਆਪਦੇ ਭਰਾਵਾਂ ਦੀ ਪੱਗ ਪੈਰਾਂ 'ਚ ਰੋਲਤੀ। ਉਹ ਲੋਕਾਂ ਦੀਆਂ ਧੀਆਂ ਭੈਣਾਂ ਦਾ ਬੇੜਾ ਗਰਕ ਤਾਂ ਨਾ ਕਰੋ। ਉਹੋ ਜਿਹੇ ਲੋਕ ਹੋਏ ਪਏ ਆ ਸਾਡੇ, 100 ਚੋਂ 60 ਬੰਦੇ ਗੰਦ ਵੇਖਣ ਦੇ ਸ਼ੌਕੀਨ ਆ ਸੋਸ਼ਲ ਮੀਡੀਆ ਤੇ ਗੱਲਾਂ ਕਰਦੇ ਆ ਵੀ ਚੰਗੀਆਂ ਵੀਡੀਓ ਪਾਇਆ ਕਰੋ ਜੀ, ਐਂ ਵੀਡੀਓ ਪਾਇਆ ਕਰੋ, ਫਲਾਣੀ ਵੀਡੀਓ ਪਾਇਆ ਕਰੋ। 100 ਚੋਂ 60 ਬੰਦੇ ਗੰਦੀਆਂ ਵੀਡੀਓ ਦੇਖਣ ਦੇ ਸ਼ੌਕੀਨ ਆ ਬਾਈ, ਜਦੋਂ ਮਰਜ਼ੀ ਇਸ ਗੱਲ ਦਾ ਸਰਵੇ ਕਰ ਲਿਓ। ਤੇ ਜਿਹੜੀਆਂ ਹੁਣ ਆ ਕੁੜੀਆਂ ਸੰਬੰਧ ਬਣਾਉਂਦੀ ਤੇ ਵੀਡੀਓ ਪਾਉਣ ਲੱਗ ਗਈਆਂ, ਦੇਣ ਪਤਾ ਕਿਹਦੀ ਆ? ਕੁੱਲੜ ਪੀਜੇ ਵਾਲਿਆਂ ਦੀ। ਜੇ ਉਸ ਦਿਨ ਉਹਨਾਂ ਦੇ ਗੱਲ 'ਚ ਰੱਸਾ ਪਾਇਆ ਹੁੰਦਾ ਨਾ ਬੰਦਿਆਂ ਨੇ ਇਕੱਠਿਆਂ ਹੋ ਕੇ ਵੀ ਤੂੰ ਸਿਰ ਤੇ ਪੱਗ ਬੰਨੀ ਆ, ਤੂੰ ਗੰਦ ਕੀ ਪਾਇਆ, ਤੂੰ ਆਪਦੀ ਘਰ ਨਾਲ ਗਲਤ ਵੀਡੀਓ ਵਾਇਰਲ ਕੀਤੀਆਂ, ਜੇ ਉਸ ਦਿਨ ਦੇ ਛੱਤਰ ਫੇਰਿਆ ਹੁੰਦਾ ਨਾ ਬਾਈ, ਅੱਜ ਆ ਦਿਨ ਨਾ ਦੇਖਣੇ ਪੈਂਦੇ। ਲੋਕਾਂ ਨੇ ਕਿਹਾ ਵੀ ਉਹਨਾਂ ਦਾ ਕੀ ਕਿਸੇ ਨੇ ਕਰ ਲਿਆ, ਅੱਜ ਉਹਨਾਂ ਦੇ ਫੋਲੋਵਰ ਵੀ ਕਿੰਨੇ ਹੋਏ ਪਏ ਆ, ਤੇ ਲੋਕੀ ਸਭ ਤੋਂ ਵੱਧ ਉਹਨਾਂ ਦੀ ਵੀਡੀਓ ਸ਼ੇਅਰ ਕਰਦੇ ਪਏ ਆ। 4 ਦਿਨ ਮੁੱਦਾ ਬਣਿਆ, 4 ਦਿਨ ਵਾਲੇ ਕੰਟਰੋਵਰਸੀ ਦੇ ਨਾਲ ਅਗਲਿਆਂ ਨੇ ਆਪਣੇ ਫੋਲੋਅਰ ਵਧਾ ਲਏ, ਆਪਦੇ ਚਿਹਰੇ ਨੂੰ ਫੇਮਸ ਕਰ ਲਿਆ। ਉਹੀ ਹੁਣ ਗਲਤ ਫਹਿਮੀ ਲੋਕਾਂ ਦੀਆਂ ਕੁੜੀਆਂ ਦੇ ਦਿਮਾਗ 'ਚ ਬਹਿ ਗਈ। ਹੁਣ ਆਹ ਕੁੜੀ ਖੁਦ ਮੰਨ ਰਹੀ ਆ ਕਿ ਮੈਂ ਪਹਿਲਾਂ ਪਰਮਿਸ਼ਨ ਦਿੱਤੀ ਵੀਡੀਓ ਬਣਾਉਣ ਦੀ, ਦੱਸੋ ਇਹਦਾ ਕੀ ਹੱਲ ਆ? ਆਉਣ ਵਾਲੇ 4-5 ਸਾਲਾਂ ਦੇ ਵਿੱਚ ਦੇਖਿਓ, ਤੁਹਾਨੂੰ ਇਹੋ ਜਿਹੀਆਂ ਵੀਡੀਓ ਆਮ ਦੇਖਣ ਨੂੰ ਮਿਲਣਗੀਆਂ। ਆਮ ਕੁੜੀਆਂ ਮੁੰਡੇ ਸਭ ਕੁਝ ਕਰਦੇ ਨੇ, ਵੀਡੀਓ ਤੁਹਾਨੂੰ ਆਮ ਦੇਖਣ ਨੂੰ ਮਿਲਣਗੀਆਂ, ਹੋਰ 4 ਸਾਲ ਠਹਿਰ ਜਾਓ। ਮੈਂ ਇੱਕ ਗੱਲ ਕਹਿੰਦਾ ਲੋਕੋ, ਜੇ ਆਪਦੀਆਂ ਧੀਆਂ ਭੈਣਾਂ ਬਚਾਉਣੀਆਂ ਨੇ, ਪਲੱਸ 2 ਤੱਕ ਮੋਬਾਈਲ ਲੈ ਕੇ ਨਾ ਦਿਓ, ਨਾ ਲਿਓ, ਨਾ ਦਿਓ। ਇਹਨਾਂ ਦਾ ਬੇੜਾ ਗਰਕ ਹੋ ਚੁੱਕਿਆ। ਜ਼ਿਆਦਾ ਕਰਕੇ ਜਿਹੜੀਆਂ ਕੁੜੀਆਂ ਚੰਡੀਗੜ੍ਹ ਰਹਿੰਦੀਆਂ ਨਾ, ਬਾਹਲੀਆਂ ਕੁੜੀਆਂ ਪਤਾ ਚੰਡੀਗੜ੍ਹ ਕਿਉਂ ਰਹਿੰਦੀਆਂ ਨੇ? ਅਖੇ ਅਸੀਂ ਤਾਂ ਮਾਡਲਿੰਗ ਕਰਨੀ ਆ ਜੀ, ਅਸੀਂ ਤਾਂ ਆਰਟਿਸਟ ਬਣਨਾ ਜੀ, ਅਸੀਂ ਤਾਂ ਫਿਲਮਾਂ 'ਚ ਜਾਣਾ ਜੀ। ਉੱਥੇ ਕਰਦੀਆਂ ਕੀ ਪਈਆਂ ਨੇ, ਜਾ ਕੇ ਮਾੜੇ ਜਾਂਦੇ ਉਹਨਾਂ ਦੇ ਘਰ ਦੇ ਚੈੱਕ ਕਰ ਲੈਣ। ਤੇ ਜਿਹੜੀਆਂ ਕਈ ਲੋਕਾਂ ਨੇ ਕੁੜੀਆਂ ਚੰਡੀਗੜ੍ਹ ਪੜ੍ਹਨੇ ਪਾਈਆਂ ਨੇ, ਮੈਂ ਸਾਰੀਆਂ ਨੂੰ ਨਹੀਂ ਕਹਿੰਦਾ, ਪਰ 100 ਚੋਂ 50% ਕੁੜੀਆਂ ਦਾ ਚੰਡੀਗੜ੍ਹ ਜਾ ਕੇ ਹਾਲ ਦੇਖੋ ਕੀ ਹੋਇਆ ਪਿਆ। ਓਏ ਅਸੀਂ ਤਾਂ ਕੈਨੇਡਾ ਨੂੰ ਰੋਂਦੇ ਆ ਵੀ ਕੈਨੇਡਾ 'ਚ ਆਹ ਹਾਲ ਹੋ ਗਿਆ, ਤੁਸੀਂ ਚੰਡੀਗੜ੍ਹ ਜਾ ਕੇ ਤਾਂ ਦੇਖੋ ਕੀ ਬਣਿਆ ਪਿਆ। ਚੰਡੀਗੜ੍ਹ ਜਾ ਕੇ ਦੇਖੋ ਬਣਿਆ ਕੀ ਪਿਆ, ਕਹਿੰਦੇ ਕਹਾਉਂਦਿਆਂ ਸਰਦਾਰਾਂ ਦੀਆਂ ਧੀਆਂ ਨਾ। ਹੁਣ ਮੈਂ ਜੇ ਸੱਚ ਬੋਲਤਾ ਤਾਂ ਕਾਲਜੇ ਪਾੜ ਜਾਣਗੇ ਕਾਲਜੇ। 2-4 ਕੁੜੀਆਂ ਦੇ ਇਹੋ ਜਿਹੀ ਖਬਰਾਂ ਆਈਆਂ ਨੇ ਜਿਹੜੀਆਂ ਕਿ ਰਾਤ ਨੂੰ ਕਮਰੇ ਦੇ ਵਿੱਚ ਯੂਪੀ ਬਿਹਾਰ ਦੇ ਭਈਏ ਲੈ ਕੇ ਆਉਂਦੀਆਂ ਨੇ, ਯੂਪੀ ਬਿਹਾਰ ਦੇ ਭਈਏ। ਘਰ ਦੇ ਹੁੱਬ ਹੁੱਬ ਕੇ ਕਹਿਣਗੇ ਕੁੜੀ ਚੰਡੀਗੜ੍ਹ ਪੜ੍ਹਨੇ ਪਾਈ ਹੈ। ਪਰ ਇਹ ਵੀ ਜਾ ਕੇ ਦੇਖ ਲਿਆ ਕਰੋ ਵੀ ਚੰਡੀਗੜ੍ਹ 'ਚ ਬਣੀ ਕੀ ਜਾਂਦਾ, ਦੇਖੋ ਤੁਸੀਂ ਜਾ ਕੇ ਬਣਦਾ ਕੀ ਪਿਆ ਉੱਥੇ। ਹੁਣ ਕਈਆਂ ਨੂੰ ਮੇਰੀ ਗੱਲਾਂ ਲੱਗਣਗੀਆਂ ਮਿਰਚਾਂ ਇਹ, ਪਰ ਇਹ ਸੱਚ ਆ ਬਈ। 10 ਦਿਨ ਜਾ ਕੇ ਚੰਡੀਗੜ੍ਹ ਰਹਿ ਕੇ ਦੇਖੋ ਬਣਦਾ ਕੀ ਪਿਆ ਉੱਥੇ। ਸ਼ਨੀਵਾਰ ਨੂੰ ਜਾ ਕੇ ਕਿਸੇ ਪੱਬ ਕਲੱਬ 'ਚ ਦੇਖ ਲਿਓ ਬਣਦਾ ਕੀ ਪਿਆ ਉੱਥੇ। ਹੁਣ ਜੇ ਮੈਂ ਵੀਡੀਓ 'ਚ ਬਾਹਲੇ ਮੁੱਦੇ ਛੇੜਦੇ ਫਿਰ ਇਹ ਵੀਡੀਓ ਹੋਈ ਨਹੀਂ ਲੰਮੀ, ਅਗਲੀ ਵੀਡੀਓ 'ਚ ਮੈਂ ਚਾਨਣਾ ਪਾਊਂਗਾ।
ਚੰਡੀਗੜ੍ਹ ਦੇ ਵਿੱਚ ਕੁੜੀਆਂ ਦੀ ਸਪਲਾਈ ਕਿਵੇਂ ਕੀਤੀ ਜਾਂਦੀ ਹੈ ਤੇ ਕੌਣ ਕਰ ਰਿਹਾ ਸਪਲਾਈ? ਕਹਿੰਦੇ ਕਹਾਉਂਦੇ ਘਰਾਂ ਦੀਆਂ ਕੁੜੀਆਂ ਰਾਤਾਂ ਨੂੰ ਨਾਈਟ ਤੇ ਜਾਂਦੀਆਂ ਨੇ 10-15 ਹਜ਼ਾਰ ਰੁਪਈਏ ਤੇ। ਉਹ ਅਗਲੀ ਵੀਡੀਓ ਚ ਮੈਂ ਗੱਲ ਕਰੂੰਗਾ। ਆ ਜਿਹੜੀ ਅਮਨ ਰਾਮਗੜੀ ਆ ਕੁੜੀ ਆ ਤੇ ਕਹੋ ਮਨਜੀਤ, ਮੈਂ ਕਿਹਾ ਭੈਣੋ ਮਾੜੀ ਮੋਟੀ ਤੁਸੀਂ ਸ਼ਰਮ ਕਰ ਲਓ, ਠੀਕ ਆ, ਤੁਸੀਂ ਤਾਂ ਜਿਹੜਾ ਗੰਦ ਪਾਉਣਾ ਸੀ ਪਾਤਾ, ਪਰ ਲੋਕਾਂ ਦੀਆਂ ਧੀਆਂ ਭੈਣਾਂ ਨਾ ਵਿਗਾੜੋ, ਨਾ ਵਿਗਾੜੋ, ਤੁਹਾਡੇ ਵੱਲ ਦੇਖ ਕੇ ਹੋਰ ਪਤਾ ਨਹੀਂ ਕਿੰਨੀਆਂ ਕੁੜੀਆਂ ਇਹੋ ਜਿਹੇ ਗਲਤ ਕੰਮ ਕਰਨਗੀਆਂ। ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਭਰਾਵੋ, ਸ਼ਾਇਦ ਕਿਸੇ ਨੂੰ ਸ਼ਰਮ ਆ ਜੇ ਗੱਲ ਸੁਣ ਕੇ ਮਾੜੀ ਮੋਟੀ। ਜਮਾਂ ਹੀ ਬੇੜਾ ਗਰਕ ਕਰਤਾ ਯਾਰ, ਜਮਾਂ ਹੀ। ਉਹ ਮੁੰਡਿਆਂ ਦਾ ਬੇੜਾ ਗਰਕ ਤਾਂ ਹੈਗਾ ਹੀ ਹੈਗੇ ਸੀ, ਹਾਂ ਵੀ ਨਸ਼ੇ ਪੱਤੇ ਕਰਦੇ ਸੀਗੇ। ਓਏ ਤੁਸੀਂ ਤਾਂ ਕੁੜੀਓ ਜਮਾਂ ਹੀ ਬੇੜਾ ਹੀ ਗਰਕ ਕਰਤਾ, ਤੁਸੀਂ ਤਾਂ ਜਮਾਂ ਇੱਜ਼ਤਾਂ ਨੂੰ ਕੋੜ ਲਾਤਾ। ਨਸ਼ੇ ਪੱਤੇ ਵਾਲੇ ਬੰਦੇ ਦਾ ਫਿਰ ਵੀ ਹੱਲ ਹੈਗਾ ਵੀ ਕੱਲ ਨੂੰ ਉਹ ਨਸ਼ਾ ਪੱਤਾ ਛੱਡ ਦੂਗਾ, ਚੱਲ ਠੀਕ ਹੋ ਜੂਗਾ। ਜਿਹੜੀ ਇੱਜ਼ਤ ਇੱਕ ਵਾਰੀ ਚਲੀ ਗਈ ਸਾਲੀ, ਉਹ ਤਾਂ ਮੁੜ ਕੇ ਆਉਣੀ ਸਾਰੀ ਉਮਰ। ਨਜ਼ਾਰੇ ਕਿਸੇ ਹੋਰ ਨਾਲ ਲੈ ਕੇ ਤੇ ਵਿਆਹ ਹੀ ਕਿਸੇ ਸ਼ਰੀਫ ਬੰਦੇ ਨਾਲ ਜਾਂਦੇ, ਹੁਣ ਉਹਦਾ ਮੁੜ ਕੇ ਘਰ ਪੱਟ ਦਿੰਦੇ ਹੋ ਗਰੀਬ ਦਾ, ਮੁੜ ਕੇ ਉਹਨਾਂ ਦੇ ਪਰਚੇ ਪਵਾਈ ਜਾਂਦੇ ਹੋ ਸਾਰਾ ਦਿਨ, ਦਾਜ ਦਾ ਪਰਚਾ ਪਵਾਤਾ, ਕਿਤੇ ਕੁੱਟਮਾਰ ਦਾ ਪਰਚਾ ਪਵਾਤਾ। ਰਗੜੇ ਮੁੜ ਕੇ ਜਾਂਦੇ ਆ ਸ਼ਰੀਫ ਘਰਾਂ ਦੇ ਮੁੰਡੇ, ਕਿਉਂਕਿ ਤੁਸੀਂ ਸਾਰੇ ਪੱਤਨ ਪਹਿਲਾਂ ਤਰਲੇ ਹੁੰਦੇ ਆ। ਤੇ ਜੇ ਭਰਾਵੋ ਕੁਝ ਵੱਧ ਘੱਟ ਬੋਲਿਆ ਤਾਂ ਮਾਫੀ ਚਾਹੁੰਦੇ ਆ ਬਈ, ਪਰ ਇਹ ਗੱਲਾਂ ਸੱਚੀਆਂ ਨੇ ਬਈ। ਜਿਹੜੀ ਮੈਂ ਕੱਲੀ ਕੱਲੀ ਗੱਲ ਕੀਤੀ ਆ ਚੰਡੀਗੜ੍ਹ ਜਾ ਕੇ ਮੇਰਾ ਭਰਾ ਦੇਖ ਲਿਓ, ਜੇ ਝੂਠ ਹੋਇਆ ਤਾਂ ਬਈ ਜੁੱਤੀਆਂ ਤੁਹਾਡੀਆਂ ਸਿਰ ਮੇਰਾ।